ਬੰਦਾ ਇਸ ਮਾਡਲ ਨੂੰ ਇਹ ਪੁੱਛੇ ਭਈ ਹਾਏ ਹਾਏ ਸਵੇਰ ਦਾ ਤੂੰ ਘਰੋਂ ਕੁਛ ਨਹੀਂ ਖਾ ਕੇ ਆਈ, ਇੰਨੀ ਕਮਜ਼ੋਰੀ 'ਚ ਮਾਡਲਿੰਗ ਕਰਨ ਆ ਗਈ। ਨਾਜ਼ਰੀਨ, ਮਹਿੰਗਾਈ ਨੇ ਆਵਾਮ ਦਾ ਇਹ ਹਾਲ ਕਰ ਦਿੱਤਾ ਹੈ ਕਿ ਝੂਟੇ ਵਰਗੀ ਸ਼ੈ ਵੀ ਪਹੁੰਚ ਤੋਂ ਬਹੁਤ ਦੂਰ ਹੋ ਗਈ। ਜਿੱਦਾਂ ਜਿੱਦਾਂ ਵੱਡਾ ਝੂਟਾ ਇਹ ਮੁਫਤ ਲੈ ਰਹੇ ਨੇ, ਯਕੀਨਨ ਹਜ਼ਾਰ ਹਜ਼ਾਰ ਰੁਪਈਏ ਦਾ ਪੈਣਾ ਸੀ। ਵੇਖਣ ਨਾਲ ਲੱਗਦਾ ਨੀ ਕਿਸੇ ਬਾਂਦਰ ਦਾ ਹਾਲ ਪੁੱਛਣ ਜਾਂਦੇ ਨੇ, ਫੇਰ ਵਾਪਸ ਆ ਜਾਂਦੇ ਨੇ। ਲਓ ਵੀ ਇਹ ਬੜੀਆਂ ਪਿੱਛੇ ਚੂੰਡੀਆਂ ਵੱਢ ਰਿਹਾ ਸੀ ਕਿ ਮੇਰੀ ਵਾਰੀ ਨਹੀਂ ਆਉਂਦੀ। ਲੈ 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 ਵਾਰੀ, ਪਤਾ ਨੀ ਤੈਨੂੰ ਥੱਲੇ ਬਾਂਦਰ ਨਜ਼ਰ ਆ ਗਏ। ਚਵਲਾ ਨੇ 100 ਰੁਪਈਆ ਪੰਗੂੜੇ ਵਾਲੇ ਨੂੰ ਨਹੀਂ ਦਿੱਤਾ, ਹੁਣ 5000 ਰੁਪਈਆ ਦਵਾਈਆਂ ਤੇ ਲਾਉਂਦਾ ਫਿਰੇਗਾ।